ले पैसे नहीं, कॉल से जा रहे हैं। तू रोज ये पैसे ले जाना, तेरे को 500 का पैसे देते ने मैंने। ओ यार बापू, तू भी बस सरकारी महकमे च रह गए ना, अहो जिहा चिपड़े हो गया। इनी तनखा यार बापू तेरी। चंगा फिर आया तो दस, पैसे तेन कहते वास्ते चाहिए ने हुण। ओ बापू फीस भरनी है, होर तां मैं पैसे दा की करना। चल चंगा पुत्त दस किन्नी आ फीस फिर तेरी। बापू फीस तां 2500 रुपये आ, तू एवें कर मैनू 3000 रुपया दे दे। इनी फीस आ पिछे तां तेरी 5000 रुपये भर के डे फीस मैं। ओ बापू तू ये फीस नू भी ज्यादा कही जाना यार, उधर जरनल वाले तो पुछ के देख ला, 10-10 हज़ार रुपये भर रहे ने। अच्छा बापू, ये तो ना अपन राखबे कोटे करके सहूलत मिली हुई ने, जरनल वाले की फीस पुछ के देख कितनी है। चंगा पुत्त अलमारी च ले जा कढ़ के पैसे। चंगा फिर बापू। चंगा पुत्त। हो मेरी बीत गई जवानी, पापा डंगरा नू पठे, सारा साल बापू जोड़दा है, ते वे आज भी ना लगे। बापू मैनू पैसे दी, कॉलेज वास्ते 12000 रुपया फीस भरनी है मैंने हूँ अगले सेमेस्टर की। 12000? हाँ तू अभी तो आए नहीं पुत पैसे, तू अज कॉलेज पा लिया, मैं कल नू करना ही लागू पैसों का, दूजे नू कह दे के जाऊगा। चल ठीक है बापू, कल थी कर ली। हाँ कोई नहीं पुत। मजबूरी समझदा थोड़े किसाना दी। चल तू वीरे मेरे नाल चल कॉलेज, उरे नहीं बसा आउंदी, आपां चलदे आ। चल आ जा बैठ जा। ਤੇਰਾ ਪੁੱਤ ਪਾਸ ਹੋ ਗਿਆ 88% ਨੰਬਰਾਂ ਨਾਲ, ਫਸਟ ਡਿਵੀਜ਼ਨ ਆਈ ਆ। ਚੱਲ ਆ ਤਾਂ ਪੁੱਤ ਵਧੀਆ ਹੋਇਆ, ਰੱਬ ਨੇ ਸੁਣ ਲਈ। ਹਾਂ ਬਾਪੂ ਉਹਨਾਂ ਦੇ ਮੁੰਡੇ ਨੂੰ ਪੁੱਛ ਲਾ ਪਾਸ ਹੋ ਗਿਆ ਉਹ। ਹਾਂ ਬਾਪੂ ਪੁੱਛਦਾ ਮੈਂ ਉਹਨੂੰ ਵੀ, ਫੋਨ ਕਰਦਾ। ਹੈਲੋ। ਹਾਂ ਬਾਈ ਹਰਮਨ, ਬਾਈ ਮੈਂ ਤਾਂ ਪਾਸ ਹੋ ਗਿਆ ਯਾਰ, 88% ਨੰਬਰ ਆ। ਅੱਛਾ ਫਿਰ ਤਾਂ ਵਧੀਆ, ਤੇਰਾ ਕੀ ਬਣਿਆ ਵੀਰੇ, ਕਿੰਨੇ ਪਰਸੈਂਟ ਆ ਗਏ? 22% ਇਹ ਨਾ ਪੁੱਛਾ, ਬਸ ਇਹੋ ਜਿਹੀ ਆਈ ਆ, ਬਸ ਪਾਸ ਹੋ ਗਿਆ ਆਪਾਂ ਨੂੰ ਬਥੇਰਾ ਹੋਈ। ਅੱਛਾ ਚੱਲ ਕੋਈ ਨਹੀਂ ਵਧੀਆ। ਇੱਕ ਵੀਰੇ ਉਹ ਪੋਸਟਾਂ ਜਿਹੀਆਂ ਨਿਕਲੀਆਂ ਨੇ ਗਵਰਨਮੈਂਟ ਜੋਬ ਵਾਸਤੇ। ਅੱਛਾ ਵੀਰੇ ਆਪਾਂ ਨੂੰ ਕਿੱਥੇ ਰੱਖਣਗੇ ਉਹ? ਉਹ ਤਾਂ ਪਰਸੈਂਟੇਜ ਦੇ ਹਿਸਾਬ ਨਾਲ ਰੱਖਦੇ ਹੋਣੇ। ਹਾਂ ਰੱਖਣਗੇ ਤਾਂ ਯਾਰ, ਪਰਸੈਂਟੇਜ ਦੇ ਹਿਸਾਬ ਨਾਲ ਐਂ ਲਿਖਿਆ ਪਿਆ, ਆਪਾਂ ਭਰੇ ਆਵਾਂਗੇ ਠੀਕ ਆ ਉਹ, ਕੀ ਪਤਾ ਆਪਣਾ ਕੰਮ ਬਣੇ ਜਾਵੇ। 1200 ਪੋਸਟ ਆ, 400 ਰਿਜ਼ਰਵ ਆ। ਚੱਲ ਫਿਰ ਕੋਈ ਨਾ ਆਪਾਂ ਜਾ ਆਉਣੇ ਆ, ਭਰੇ ਆਉਣੇ ਆ। ਚੱਲ ਠੀਕ ਆ, ਇਕੱਠੇ ਵਗ ਚੱਲਾਂਗੇ। ओके ब्रे। ओ बापू तेरा पुत्त पास हो गया। अच्छा किन्ने परसेंट आ गए फिर नंबर तेनू? 55% आ गए बापू ऐतकी तां। ओ मेरे साले दे आ की परसेंट ने तेरे, जा अंदर जाके झुलसला कुछ। ठीक ने बापू, बहुत ने ता। आहो तेनू लगदा हो। और भाई की हाल चाल है? ਮੁੰਡਾ ਵੀ ਜਵਾਨ ਹੋ ਗਿਆ ਹੁਣ ਤਾਂ ਤੇਰਾ। ਤੂੰ ਕਰਾ ਕੋਈ ਰਿਸ਼ਤਾ? ਕੋਈ ਨੀ ਕਰਾਉਨੇ ਆ। ਬਾਬਾ ਕੋਈ ਵਧੀਆ ਜਾ। ਕਰਦਾ ਕੀ ਆ ਤੇਰਾ ਮੁੰਡਾ? ਐਤਕੀ MSC ਕਰੀ ਆ, ਫਸਟ ਡਿਵੀਜ਼ਨ ਤੇ ਪਾਸ ਹੋਇਆ। ਅੱਛਾ ਹਲ ਤਾਂ ਪੜ੍ਹਦਾ ਹੀ ਹੈ, ਫਿਰ ਤਾਂ ਔਖਾ ਹੀ ਆ ਬਾਈ। ਅੱਜ ਕੱਲ ਪਹਿਲਾਂ ਤਾਂ ਰਿਸ਼ਤੇ ਵਾਲੇ ਨੌਕਰੀ ਦੇਖਦੇ ਨੇ, ਵੀ ਮੁੰਡਾ ਵਧੀਆ ਨੌਕਰੀ ਲੱਗਿਆ ਹੋਵੇ, ਕਮਾਉਂਦਾ ਹੋਵੇ ਵਧੀਆ, ਤਾਂ ਰਿਸ਼ਤਾ ਕਰਦੇ ਨੇ। ਤੂੰ ਪਹਿਲਾਂ ਇਹਨੂੰ ਕੋਈ ਨੌਕਰੀ ਤੇ ਲਵਾ ਚੱਜ ਦੀ ਤੇ। ਪਰ ਇਹ ਵੀ ਆ ਪੋਸਟ ਇਹਨੇ। ਅੱਛਾ ਨੌਕਰੀ ਤਾਂ ਲੱਗੇ ਜਾਣਾ, ਰੱਬ ਕਿਰਪਾ ਕਰੇ। ਚੱਲ ਠੀਕ ਆ ਫਿਰ, ਮੈਂ ਚੱਲਦਾ। ਠੀਕ ਆ ਫਿਰ ਆਵਾਂਗੇ, ਗੇੜਾ ਮਾਰਾਂਗੇ। ਮੇਰੇ ਸੜ ਦੀਆਂ ਤਾਰਾਂ ਤਾਂ ਸਾਰੀਆਂ ਹੀ ਮੱਚੀਆਂ ਪਈਆਂ ਨੇ। ਹੈਲੋ ਹਰਮਨ ਪੁੱਤ,
ਮੈਂ ਨਾ ਉਹ ਤੇਰੇ ਸਰਕਾਰੀ ਜਿਹੜਾ ਜੋਬ ਦਾ ਫਾਰਮ ਨੀ ਭਰੇ ਤੇ ਦੇਖ ਕੇ ਆਇਆ ਸੀ ਲਿਸਟ ਮੈਂ ਉਹਦੀ ਤੇਰਾ ਨਾਂ ਆ ਗਿਆ ਵਿੱਚ ਹਾਂ ਜਿਹੜਾ ਤੇਰਾ ਉਹ ਆੜੀ ਤੇ ਜੱਗੀ ਉਹਦਾ ਨੀ ਆਇਆ ਹੈਗਾ ਉਹ ਤੇਰਾ ਤੂੰ ਕੋਟਾ ਨੀ ਕਹਿੰਦਾ ਸੀ ਉਹ ਰਿਜ਼ਰਵ ਸੀਟਾਂ ਕਰਕੇ ਤੂੰ ਸਿਲੈਕਟ ਹੋ ਗਿਆ ਹਾਂ ਹਾਂ ਬਾਰੇ ਖੜਾ ਮਾਰ ਲਾ ਹੱਕ ਫਿਰ ਕਰੀਏ ਗੱਲ ਪਾਰਟੀ ਹੋ ਗਈ ਬਾਈ ਮੇਰੀ ਤਾਂ ਲੱਗੀ ਯਾਰ ਨੌਕਰੀ ਅੱਛਾ ਬਾਈ ਜਿਹੜਾ ਆਪਾਂ ਫਾਰਮ ਭਰ ਕੇ ਆਏ ਸੀ ਬਾਈ ਮੇਰਾ ਨੀ ਦੇਖਿਆ ਤੂੰ ਬਾਈ ਕਰਿਆ ਸੀ ਯਾਰ ਤੇਰਾ ਵੀ ਮੈਂ ਪਤਾ ਮੇਰਾ ਡੈਡੀ ਕਹਿੰਦਾ ਵੀ ਲੱਗੀ ਨੀ ਹੈਗੀ ਜੱਗੀ ਦੀ ਸਾਡਾ ਰਾਖਵੇਂ ਕੋਟੇ ਕਰਕੇ ਮੇਰਾ ਨੰਬਰ ਆ ਗਿਆ ਅੱਛਾ ਵੀਰੇ ਚਲ ਯਾਰ ਤੂੰ ਵਧਾਈਆਂ ਤੈਨੂੰ ਵੀਰੇ ਠੀਕ ਆ ਵੀਰੇ ਓਕੇ ਸੰਵਿਧਾਨ ਇਹ ਜੇ ਬਣਾ ਰੱਖੇ ਨੇ ਸਰਕਾਰ ਨੇ ਆਪਣੇ ਵਰਗਾ ਦਾ ਹੁਣ ਜ਼ਿਮੀਦਾਰ ਦਾ ਫੇਲ ਆ ਕੰਮ ਜਮਾ ਹੁਣ ਨੌਕਰੀਆਂ ਤਾਂ ਬਸ ਜਾਤਾਂ ਸਿਫਾਰਿਸ਼ਾਂ ਤੇ ਆ ਪੈਸੇ ਨੂੰ ਦੇਖ ਕੇ ਦਿੰਦੇ ਨੇ ਆ ਡਿਗਰੀਆਂ ਦਾ ਕੋਈ ਫਾਇਦਾ ਨੀ ਹੈਗਾ ਅੱਗ ਲਾ ਕੇ ਫੂਕਦੇ ਬਾਪੂ ਇਹਨਾਂ ਨੂੰ ਰਾਖਵਾਂ ਕਰਨ ਗਰੀਬਾਂ ਨੂੰ ਸਾਨੂੰ ਰੋਸ ਨਾ ਕੋਈ ਹੈਗੇ ਜੱਟ ਵੀ ਕਈ ਗਰੀਬ ਉਹਨਾਂ ਦਾ ਦੋਸ਼ ਨਾ ਕੋਈ ਮੈਂ ਚੱਲਦਾ ਤੂੰ ਸਾਹ ਮੁੰਡੇ ਨੂੰ ਪੱਖਪਾਤ ਨੇ ਲੁੱਟ ਰੁਜ਼ਗਾਰ ਲਿਆ ਕੀ ਖੱਟਿਆ ਫੜ ਕੇ ਤਾਰਾਂ ਚੋਣ ਦਾ ਆਰਡਰ ਲਾ ਦਿੰਦਾ ਬਾਪੂ ਤੜਕੇ ਤੜਕੇ ਚਿੰਜਰ ਦੇ ਹੱਥ ਮੁੱਕ ਤੇਰਾ ਦਾ ਰਿਹਾ ਖਾਲੀ ਲੋਟਾ ਮਾਰ ਗਿਆ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ ਕੀ ਕਰੀਏ ਦੁਨੀਆ ਦੇ ਮੇਲੇ ਨੂੰ ਕੋਈ ਦਿੰਦਾ ਨਹੀਂ ਕੁੜੀ ਵੇਲੇ ਨੂੰ ਸਤਿ ਸ੍ਰੀ ਅਕਾਲ ਵੀਰੋ ਸਭ ਨੂੰ ਸਤਿ ਸ੍ਰੀ ਅਕਾਲ ਜੀ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਵੀਰੇ ਕਿਸੇ ਵੀ ਜਾਤ ਪਾਤ ਨੂੰ ਉੱਚਾ ਜਾਂ ਨੀਵਾਂ ਦਿਖਾਉਣਾ ਨਹੀਂ ਹੈਗਾ ਕੁਝ ਵੀਰੇ ਮਾੜੇ ਜ਼ਿਮੀਦਾਰ ਵੀ ਹੈਗੇ ਨੇ ਜਿਨ੍ਹਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਬੰਦੇ ਦੀ ਯੋਗਤਾ ਦੇਖ ਕੇ ਉਹਨੂੰ ਨੌਕਰੀ ਮਿਲੇ ਨਾ ਕਿ ਜਾਤਾਂ ਪਾਤਾਂ ਤੇ ਮੇਰੀ ਗਰੀਬੀ ਦੇ ਤੇ ਬਾਈ ਜਿਹਨੂੰ ਵੀ ਸਾਡਾ ਕਨਸੈਪਟ ਵਧੀਆ ਲੱਗਿਆ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਰੇ ਚੈਨਲ ਨੂੰ ਓਕੇ ਬਾਈ